Captain Raminder Singh arrives at Shri Chamkaur Sahib to unveil the foundation stone of beautification of Gurdwara Shri Chamkaur Sahib. The project worth Rs 11.50 crore also includes the facelift of Bela Road and Sandhua Road. CM Punjab also lays the foundation stone of Shri Guru Gobind Singh Skill Institute. Guru Gobind Singh Marg will be renovated in just a duration of 8 months. ਸਾਡੇ ਇਸ ਇਲਾਕੇ ਦੇ ਹਵਿਲ ਆਜ਼ੀਜ਼ ਰਹਿਨੁਮਾ ਸਰਦਾਰ ਚਰਨਜੀਤ ਸਿੰਘ ਚੰਨੀ ਇਹ ਸਾਡੇ ਹਵਿਲ ਆਜ਼ੀਜ਼ ਰਹਿਨੁਮਾ ਇਸ ਪਾਵਨ ਧਰਤੀ ਗੁਰੂਆਂ ਦੀ ਧਰਤੀ ਦੇ 3 ਪ੍ਰੋਜੈਕਟ ਜਿਸ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਇੰਸਟੀਚਿਊਟ ਸਾਰੀ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਦੁਬਾਰਾ ਠੀਕ ਕਰ ਰਹੇ ਹਾਂ। ਇਹਦੇ ਚ ਸਾਡੇ 4 ਕਰੋੜ ਰੁਪਇਆ ਇਹਦੇ ਵਿੱਚ ਲੱਗਣਾ ਹੈ ਔਰ ਨਵੇਂ ਇਹ 600 ਕਿਲੋਮੀਟਰ ਲੰਬੀ ਸੜਕ ਹੈ ਔਰ ਉਹਦੇ ਵਿੱਚ ਅਸੀਂ ਜਿਹੜੇ ਨਵੇਂ ਪੱਥਰ ਲਾਉਣੇ ਨੇ ਸਭ ਕੁਛ ਅਸੀਂ ਲਾਵਾਂਗੇ ਤਾਂ ਕਿ ਜੈਸੇ ਹੋਇਆ ਸੀ ਸ਼ੁਰੂ ਕੰਮ ਐਂ ਕੰਮ ਚੱਲਦਾ ਰਹੇ ਤਾਂ ਮੱਥਾ ਟੇਕਣ। ਔਰ ਮੈਨੂੰ ਉਹਦੇ ਭਾਈ ਸਾਹਿਬ ਨੇ ਕਿਹਾ ਕਹਿੰਦੇ ਗਲਿਆਰੇ ਵਿੱਚ ਤੁਹਾਨੂੰ ਥੋੜ੍ਹੀ ਇੱਥੇ ਪਾਰਕਿੰਗ ਦੀ ਜਗ੍ਹਾ ਨਹੀਂ, ਕੁਛ ਹੋਰ ਚੀਜ਼ਾਂ ਦੀ ਜੁੱਤਿਆਂ ਦੀ ਸੇਵਾ ਨਹੀਂ ਹੋ ਸਕਦੀ। ਉਦੋਂ ਹੀ ਮੈਂ ਕਹਿਤਾ ਸੀ ਔਰ ਮਿਨਿਸਟਰ ਸਾਹਿਬ ਨੇ ਐਲਾਨ ਕਰ ਦਿੱਤਾ ਕਿ ਅਸੀਂ ਕਰਨੇ ਨੇ ਪੈਸੇ ਕਿੰਨੇ ਦਿੱਤੇ ਸੀ, 13 ਕਰੋੜ 15 ਕਰੋੜ ਕੀ ਕਿਹਾ ਸੀ ਲੱਗ ਰਹੇ ਔਰ 4 ਹੋਰ ਮੰਗਿਆ ਸੀ ਔਰ ਅਸੀਂ ਦੇ ਦਿੰਦੇ ਹਾਂ ਅੱਜ ਤਾਂ ਕਿ ਤੁਸੀਂ ਉਹ ਆਪਣਾ ਕੰਮ ਕਰ ਸਕੋ। ਇਹ ਗੱਲਾਂ ਨੇ ਮੇਰੇ ਕੋਲ ਕੀ ਸੰਭਾਲੋਗੇ ਤੁਸੀਂ ਇੱਥੇ ਤੁਸੀਂ ਥੀਮ ਪਾਰਕ ਜਿਹੜਾ ਸ਼ੁਰੂ ਕੀਤਾ ਸੀ ਜੋ ਸਾਡੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਔਰ ਉਹਨਾਂ ਦੇ ਨਾਲ ਜੋ ਸਿੱਖ ਸ਼ਹੀਦ ਹੋਏ ਉਹਨਾਂ ਦੀ ਯਾਦਗਾਰ ਬਣਾਉਣੀ ਸੀ ਉਹ ਵੀ ਬਣਾ ਸਕਿਆ। ਜਿਹੜੇ ਇੱਥੇ ਫਤਿਹਗੜ੍ਹ ਸਾਹਿਬ ਅਸੀਂ 4 ਗੇਟ ਬਣਾਏ ਮੋਤੀ ਰਾਮ ਮਹਿਰਾ ਜੀ ਦੇ, ਟੋਡਰਮਾਲ ਜੀ ਦੀ, ਨਵਾਬ ਸਾਹਿਬ ਮਲੇਰਕੋਟਲੇ ਦੀ ਔਰ ਬੰਦਾ ਸਿੰਘ ਬਹਾਦਰ ਦੀ ਅਸੀਂ ਬਣਾਏ ਨੇ, ਸਾਡੇ ਬਣਾਏ। ਜਿਹੜੇ 40 ਮੁਕਤਿਆਂ ਦਾ ਅਸੀਂ ਉੱਥੇ ਯਾਦਗਾਰ ਬਣਾਈ ਉੱਥੇ ਮੁਕਤਸਰ ਸਾਹਿਬ ਉਹ ਅਸੀਂ ਬਣਾਈ, ਤੁਸੀਂ ਕੀ ਕਰਦੇ ਰਹੇ? ਆਉਂਦੇ ਨੇ ਪਤਾ ਨਹੀਂ ਕਿੱਥੇ ਖਰਚ ਕਰਕੇ ਚਲੇ ਜਾਂਦੇ ਨੇ, ਹੋਰ ਕੁਛ ਨਹੀਂ, ਤੁਸੀਂ ਇੱਕ ਗੁਰੂ ਘਰ ਨੂੰ ਸਾਂਭੋ ਔਰ ਸਾਡੀ ਨੌਜਵਾਨੀ ਨੂੰ ਜਿਹਨਾਂ ਨੇ ਇਸ ਕਿਸਮ ਦੀ ਯੂਨੀਵਰਸਿਟੀ ਦੀ ਸਾਡੀ ਲੋੜ ਹੈ। ਤੇ ਮਾਣਯੋਗ ਮੁੱਖ ਮੰਤਰੀ ਜੀ ਨੇ ਸਾਡੇ ਐਪਲ ਤੇ ਇਸ ਵਾਰ ਬਜਟ ਦੇ ਵਿੱਚ ਐਲਾਨ ਕਰਤਾ ਕਿ ਜੇ ਅਸੀਂ ਆਰਈ ਨੂੰ ਬਣਾਵਾਂਗੇ, ਜਿਹੜਾ ਰੇਲਵੇ ਲਾਈਨ ਹੈ ਸਾਰਾ ਦਿਨ ਫਾਟਕ ਲੱਗਿਆ ਰਹਿੰਦਾ ਬਰੰਡੇ ਦਾ, ਉਸਦੇ ਥੱਲੇ ਨੂੰ ਲਾਂਘਾ ਬਣਾ ਕੇ 17.5 ਕਰੋੜ ਰੁਪਇਆ ਲੱਗਣਾ, ਪਾਸ ਹੋ ਗਿਆ। ਇਸੇ ਤਰ੍ਹਾਂ ਮੈਂ ਸਿੰਘਾ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ, ਖਾਸ ਤੌਰ ਤੇ ਸਾਡੇ ਚਾਹੇ ਪੀਡਬਲਿਊਡੀ ਮੰਤਰੀ ਗੁਰੂ ਗੋਬਿੰਦ ਸਿੰਘ ਮਾਰਗ ਕਾਂਗਰਸ ਪਾਰਟੀ ਦੀ ਦੇਣ ਹੈ ਗਿਆਨੀ ਜੈ ਸਿੰਘ ਜੀ ਦੀ। ਅੱਜ ਮਾਨਯੋਗ ਮੁੱਖ ਮੰਤਰੀ ਜੀ ਨੇ ਨੀਂਹ ਪੱਥਰ ਰੱਖਿਆ, 4.5 ਕਰੋੜ ਰੁਪਇਆ ਲਾ ਕੇ ਉਹਦੀ ਸਟ੍ਰੈਂਥਿੰਗ ਹੋਣੀ ਹੈ, ਦੁਬਾਰੇ ਬਣਨਾ ਹੈ, ਇਸ ਲਈ ਮੈਂ ਧੰਨਵਾਦ ਦੇਣਾ ਚਾਹੁੰਦਾ ਤੁਹਾਨੂੰ। ਨਿਊਜ਼ ਫਰੋਮ ਰੋਪੜ ਬਾਈ ਸੱਜਣ ਸੈਣੀ, ਬ੍ਰਾਈਟ ਪੰਜਾਬ ਐਕਸਪ੍ਰੈਸ।